फूल साहब की कहोगे लखा सदाणा अज सुरजीत सिंह फूल होना कलावे दे विच ने लखा सदाणा बिल्कुल नाल बैठे ने गल्लां जरूर प्रचारियां जा रही सीगियां कि नौजवान वख हो गए पर अज सुरजीत सिंह फूल दे नाल बैठा लखा सदाणा। देखो जी ये दिन लियाउण दी खातर असीं सानू ऐ समझ लो भी डेढ़ महीने कि दो महीने हो गए अज ये जिहड़े साढ़े डेढ़ महीनों के उत्तम सी कोच सिंह असीं समझदे उहनूं बूर पिया फल लगे ते जिहड़ा नौजवान शक्ति है ये वह नौजवान शक्ति है जिन्होंने असी सू साफ कर दिए भी एक तो साढ़े जी किसान जथेबंदियों का काडर है वो भी नौजवान है पर जिन्ना साडा किसान जथेबंदियों काडर उदू कई गुणा वध इस मोर्चे के आजादाना तौर पर जोड़े नौजवान आए है वो किसी जथेबंदी ना नहीं मोर्चे को जिताने की खातर काले कानूनों को रद्द कराने की भावना के नाल लड़न मरन की भावना आए हैं वो जिहड़ा आजादाना नौजवान शक्ति है जिन्हां दे विचों लखा सदाणा उन्हां दा नायक है वो अज सारा कट्ठा हो के मार्च की शकल दे विच दिल्ली नू जा रहा यह कह के जा रहा बई असी संयुक्त किसान मोर्चे वालों जो कल दिता सद्दा के एम पी नू 24 घंटे लिए जाम कर ली असी मार्च करके नहीं मुड़ांगे असी वह 24 घंटे के एम पी दे उत्ते रात नू रहांगे सारे नौजवान उत्ते ते जो भी गाह सद्दा आया उन्हूं सारे सद्या नू ਅਸੀਂ ਲਾਗੂ ਕਰਾਂਗੇ ਇਸ ਕਰਕੇ ਮੈਂ ਸਮਝਦਾ ਵੀ ਅੱਜ ਤਾਂ ਉਹੀ ਜਿਹੜਾ ਦਸੰਬਰ ਜਨਵਰੀ ਵਾਲੇ ਮਹੀਨਿਆਂ ਦੇ ਵਿੱਚ ਮੋਰਚੇ ਦਾ ਜਾਹੋ ਜਲਾਲ ਸੀਗਾ ਜਿਹੜਾ ਕਿ ਇੱਕ ਵਾਰੀ ਆਹ ਪਿਛਲੇ ਅਪ੍ਰੈਲ ਮਾਰਚ ਦੇ ਮਹੀਨੇ 'ਚ ਥੋੜ੍ਹਾ ਜਿਹਾ ਫਿੱਕਾ ਪੈ ਗਿਆ ਸੀਗਾ ਉਹ ਅੱਜ ਫਿਰ ਜਾਹੋ ਜਲਾਲ ਉਹੀ ਬਣ ਗਿਆ ਅਤੇ ਕੱਲ੍ਹ ਨੂੰ ਜਦੋਂ ਸਾਰਾ ਸਾਂਝਾ ਇਹ ਕਿਸਾਨ ਜਥੇਬੰਦੀਆਂ ਦਾ ਅਤੇ ਨੌਜਵਾਨਾਂ ਦਾ ਇਹ ਜਦੋਂ ਉਹ ਕੇ ਐੱਮ ਪੀ ਵਾਲਾ ਸਫਲ ਹੋਇਆ ਅਤੇ ਫਿਰ ਸਮਝ ਲਓ ਵੀ ਉਹੀ ਜਿਹੜਾ ਰੰਗ ਗੂੜਾ ਹੋਣਾ ਜਾਹੋ ਜਲਾਲ ਉਹੀ ਹੋਣਾ ਅਤੇ ਮੋਦੀ ਸਰਕਾਰ ਨੇ ਜਿਹੜੇ ਭੁਲੇਖੇ ਸੀਗੇ ਵੀ ਇਹ ਪਾਟ ਗਿਆ ਮੋਰਚਾ ਜਾਂ ਇਹ ਟੁੱਟ ਗਿਆ ਮੋਰਚਾ ਸ਼ਾਇਦ ਹੁਣ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਜਾਣਗੇ ਉਹ ਕੱਲ੍ਹ ਨੂੰ ਭਰਮ ਭੁਲੇਖੇ ਸਾਰੇ ਟੁੱਟ ਜਾਣਗੇ। ਸਿੱਧੀ ਅਦਾਇਗੀ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਮੰਤਰੀ ਮਿਲ ਕੇ ਆਉਂਦੇ ਨੇ ਪਿਊਸ਼ ਗੋਇਲ ਹੋਣਾ ਨੂੰ ਉਹ ਕਹਿੰਦੇ ਕਿ ਸਿੱਧੀ ਅਦਾਇਗੀ ਹੋਏਗੀ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਏਗੀ ਕਹਿੰਦੇ ਪੰਜਾਬ ਨੂੰ ਬਕਾਇਦਾ ਤੌਰ 'ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਕੀ ਸੂਬੇ ਕਰ ਰਹੇ ਤਾਂ ਪੰਜਾਬ ਨੂੰ ਕਰਨ 'ਚ ਕੀ ਦਿੱਕਤ ਹੈ। ਦੇਖੋ ਜੀ ਜਿਹੜਾ ਇਹ ਵਿਆਹ 'ਚ ਬੀਜ ਦਾ ਲੇਖਾ ਪਾਇਆ ਹੁਣ ਹੜੀ ਤਾਂ ਸ਼ੁਰੂ ਹੋ ਗਈ ਕਣਕ ਵਿਕਣਾ ਹੈਗੀ ਹੁਣ ਇਹ ਕਹਿਣ ਦਾ ਭਾਵ ਵੀ ਅਸੀਂ ਭਾਈ ਤੁਸੀਂ ਆਪਣੇ ਖਾਤੇ ਪੋਰਟਲ ਹੈ ਜਿਹੜੀ ਉਹਦੇ ਮਹਿਕਮੇ ਦੀ ਉਹਦੇ 'ਤੇ ਅਪਲੋਡ ਕਰੋ ਤੁਸੀਂ ਇਹ ਅਤੇ ਆਪਣੇ ਦੂਜੇ ਖਾਤਿਆਂ ਨਾਲ ਲਿੰਕ ਕਰੋ ਇਹ ਕਹਿਣ ਦਾ ਭਾਵ ਇਹ ਇਹ ਜਿਹੇ ਮੌਕੇ ਸਿਰਫ ਇੱਕ ਜਿਵੇਂ ਕਹਿੰਦੇ ਹੁੰਦੇ ਨਾ ਰੇੜਕਾ ਪਾਉਣਾ ਟੈਂਡ 'ਚ ਕਾਨਾ ਪਾਉਣ ਵਾਲੀ ਗੱਲ ਹੈ ਇਹਦੇ ਪਿੱਛੇ ਸਰਕਾਰ ਦੀ ਕੋਈ ਸਹਿਰ ਦਿੱਤਾ ਨਹੀਂ ਕੋਈ ਇਹ ਹਾਂ ਜੇ ਸਿੱਧੀ ਦਾਇਗੀ ਦਾ ਫਾਇਦਾ ਹੈ ਜਾਂ ਨਾ ਹੈਗਾ ਜਾਂ ਪਹਿਲਾਂ ਵਾਲਾ ਜਿਹੜਾ ਸਿਸਟਮ ਆ ਉਹਦਾ ਹੈਗਾ ਆਪੇ ਕਿਸਾਨ ਕਰ ਲੈਣਗੇ ਅਸੀਂ ਕਹਿੰਦੇ ਵੀ ਜਿਹੜਾ ਹੁਣ ਇਸ ਮੌਕੇ ਜਿਹੜਾ ਲਿਆਇਆ ਇਹਦੀ ਬਿਲਕੁਲ ਨਿਖੇਧੀ ਕਰਦੇ ਹਾਂ ਅਸੀਂ ਅਤੇ ਆਹ ਸੀਜ਼ਨ ਹੈ ਜਿਹੜਾ ਉਹ ਪਹਿਲਾਂ ਦੀ ਤਰ੍ਹਾਂ ਜੋ ਸਿਸਟਮ ਹੈਗਾ ਉਹਦੇ ਹਿਸਾਬ ਨਾਲ ਰਹਿਣਾ ਚਾਹੀਦਾ ਤਾਂ ਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਗੱਲਬਾਤ ਕਦੋਂ ਹੋਏਗੀ ਸਰਕਾਰ ਦੇ ਨਾਲ? ਲੰਬਾ ਸਮਾਂ ਹੋ ਗਿਆ ਡੈਡਲੌਕ ਬਣੇ ਨੂੰ, ਗੱਲ ਹੋ ਨਹੀਂ ਰਹੀ ਸਰਕਾਰ ਦੇ ਨਾਲ। ਦੇਖੋ ਜੀ ਇੱਧਰ ਸਵਾਲ ਹੈ ਸੰਸਦ ਘੇਰਨ ਵਾਲਾ, ਸੁਣੋ ਜੀ ਸਾਰੇ ਸੰਸਦ, ਇੱਕ ਮਿੰਟ ਜੀ ਰੌਲਾ ਨਾ ਪਾਉਣਾ ਸਾਰੇ ਨੇ, ਸੰਸਦ ਘੇਰਨ ਵਾਲਾ ਸਵਾਲ ਵੀ ਹੈ ਅਤੇ ਉਹ ਸੰਸਦ ਵਾਲੇ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਮਿੰਟ ਜੀ ਇੱਕ ਜਿਹੜੇ ਤੁਸੀਂ ਪਹਿਲਾਂ ਲੱਖਾ ਸਧਾਣੇ ਨੇ ਇੱਕ ਦੋ ਸਵਾਲ ਕੀਤੇ ਸੀਗੇ ਨਾ, ਮੈਂ ਉਹਨਾਂ ਨੂੰ ਕਵਰ ਕਰਦਾ ਹੋਇਆ ਦਿੰਦਾ ਸੰਸਦ ਵਾਲਾ ਜਵਾਬ। ਤੁਸੀਂ ਕਿਹਾ ਸੀਗਾ ਵੀ ਗ੍ਰਿਫਤਾਰੀ ਦਾ 1,00,000 ਰੁਪਇਆ ਨਾਮ ਹੈ, ਇਹ ਭੁੱਲ ਜਾਓ ਜਿਹੜਾ ਆਪਣਾ ਪੰਜਾਬ ਦਾ ਇਤਿਹਾਸ ਹੈ ਨਾ, ਇਹਨਾਂ 'ਚ ਤਾਂ ਗ੍ਰਿਫਤਾਰੀ ਦਾ ਨਾਮ ਪਿਆ, ਸਿਰਾਂ ਦੇ ਨਾਮ ਵੀ ਪਏ ਆ ਵੀ ਜੇ ਕੋਈ ਜਿੰਦਾ ਜਾਂ ਮੁਰਦਾ ਨੂੰ ਲਾਇਆ ਹੋਵੇ ਤਾਂ 1,00,000 ਰੁਪਇਆ ਨਾਮ ਹੈ। ਸੋ ਇਸ ਕਰਕੇ ਗ੍ਰਿਫਤਾਰੀ ਦਾ ਨਾਮ ਤਾਂ ਉਹਦੇ ਮੁਕਾਬਲੇ ਸਿਰਾਂ ਦੇ ਨਾਮ ਦੇ ਮੁਕਾਬਲੇ ਛੋਟਾ ਹੈ, ਇਹ ਸਾਡਾ ਜਿਹੜਾ ਇਤਿਹਾਸ ਹੈ ਸਾਡਾ ਵਿਰਸਾ ਉਹਦੇ ਨਾਲ ਜੋੜ ਕੇ ਦੇਖਣਾ ਚਾਹੀਦਾ, ਇਸ ਲਈ ਸਾਡੇ ਲਈ ਪੰਜਾਬੀਆਂ ਲਈ ਸਿੱਖਾਂ ਲਈ ਇਹ ਕੋਈ ਖਾਸ ਮਹਿਣੇ ਨਹੀਂ ਰੱਖਦੀ, ਇਹਦਾ ਸਾਡਾ ਸਾਡਾ ਰੂਟੀਨ ਹੈ, ਤਾਂ ਸਾਡਾ ਇਹ ਇਨਾਮ ਹੈ। ਇਹਨੂੰ ਐਂ ਕਹਿ ਲਓ ਵੀ ਜੇ ਉਹਨਾਂ ਦੇ ਪਿੰਜਰਿਆਂ 'ਚ ਉਹੀ ਜਾਂਦੇ ਹੁੰਦੇ ਨੇ, ਬਾਜ਼ ਹੀ ਜਾਂਦੇ ਹੁੰਦੇ ਆ, ਸ਼ੇਰ ਹੁੰਦੇ ਆ, ਕਿਤੇ ਕਾਵਾਂ ਲਈ ਪਿੰਜਰਾ ਵੇਖਿਆ ਤੁਸੀਂ ਜਾਂ ਜਿਹੜੇ ਅਖਤੀੜ ਫਿਰਦੇ ਹੁੰਦੇ ਆ ਉਹਨਾਂ ਲਈ ਕਿਤੇ ਪਿੰਜਰੇ ਦੇਖੇ ਹੈਗੇ? ਪਿੰਜਰੇ ਸ਼ੇਰਾਂ ਲਈ ਹੁੰਦੇ ਆ, ਬਾਜ਼ਾਂ ਲਈ ਹੁੰਦੇ ਆ। ਇਸ ਕਰਕੇ ਜੇ ਗ੍ਰਿਫਤਾਰੀ ਕਰਕੇ ਸਾਡੇ ਲਈ ਪਿੰਜਰਾ ਵੀ ਤਿਆਰ ਕੀਤਾ, ਸਾਡੇ ਲਈ ਤਾਂ ਇਨਾਮ ਹੈ ਵੀ ਅਸੀਂ ਕੁਛ ਨਾ ਕੁਛ ਕੀਤਾ ਲੋਕਾਂ ਲਈ। ਅਤੇ ਦੇਖੋ ਵੱਡਾ ਇਕੱਠ ਵੀ ਹੈ ਫੂਲ ਸਾਹਿਬ, ਵੱਡਾ ਇਕੱਠ ਦੇਖ ਕੇ ਕੀ ਕਹੋਗੇ? ਵੱਡਾ ਇਕੱਠ ਵੀ ਨਜ਼ਰ ਆ ਰਿਹਾ ਪਿਛਲੇ ਦਿਨਾਂ ਤੋਂ ਲਗਾਤਾਰ, ਤੁਹਾਡਾ ਵੀ ਜ਼ੋਰ ਲੱਗਿਆ ਹੋਇਆ ਸੀਗਾ ਕਿ ਲੱਖਾ ਸਦਾਣਾ ਮੋਰਚੇ ਦੇ ਵਿੱਚ ਆਉਣਾ ਚਾਹੀਦਾ। ਦੇਖੋ ਜੀ ਗ੍ਰਿਫਤਾਰੀ ਦਾ ਤਾਂ ਭੁੱਲ ਜਾਓ ਬਈ, ਇਹ ਇਕੱਠ ਦੇ ਵਿੱਚੋਂ ਗ੍ਰਿਫਤਾਰੀ ਕਰ, ਅਸੀਂ ਤਾਂ 50-50 ਬੰਦਿਆਂ ਨੇ ਵੀ ਚੈਲੰਜ ਕੀਤਾ ਹੋਇਆ, ਮੇਰੇ 'ਤੇ ਵੀ ਬਹੁਤ ਵਾਰੀ ਆਹ ਪਿੱਛੇ ਜੁੱਠਕੇ ਵਾਲਾ ਗੋਲੀਕਾਂਡ ਹੋਇਆ ਸੀਗਾ, ਮੈਸਰਖਾਨੇ ਵਾਲਾ ਗੋਲੀਕਾਂਡ ਹੋਇਆ ਸੀਗਾ, 307 ਦੇ ਕੇਸ ਬਣੇ ਸੀਗੇ, ਕਈ ਕਈ ਮਹੀਨੇ ਵਾਰੰਟਡ ਰਹੇ ਆ, ਪੁਲਿਸ ਨੂੰ ਕਹਿ ਕੇ ਆਉਂਦੇ ਰਹੇ ਆ ਵੀ ਫਲਾਨੇ ਥਾਂ ਬੋਲਣ ਜਾਵਾਂਗੇ ਆ ਜਾਓ ਜੇ ਤੁਸੀਂ ਫੜਨਾ। ਇਸ ਕਰਕੇ ਇਰਾਦਾ ਹੋਣਾ ਚਾਹੀਦਾ
पुलिस नहीं गिरफ्तार कर सकती भी जे उन्होंने जो रक्षा करने वाले हूँ असं इन्हों कहता भी साढ़े बुकल च है संयुक्त किसान मोर्चे का फैसला जे यू हाथ पाया तो साड़ी पग न हाथ है लखे न हाथ पाना पग न हाथ पाना तो जेडे असी है ना असी पग नहीं लाते होंगे सिर लहा लें होंगे साडा ये रवायत है साडा विरसा इस करके मैनू नहीं लगता भी यह पंगा लू जे पंगा लिया तो बेवकूफी करूगी तो एवं मूँह ही खाऊगी वह एक तुसीं आ कीता सीगा पार्लीमेंट वाला सुन लो जी एक तो तुसीं ना जिहड़ा कोई अथेंटिक ऑफिशियल बयान हुंदा वो एक ही हुंदा है व्यक्तिगत बयान बहुत हो सकते हैं 30 तरीक नूं मीटिंग हुई है संयुक्त किसान मोर्चे की मीटिंग उहदे विच फैसला होया बई मई दे पहले पंद्रवाड़े च पंद्रवाड़ा भाव पहले 15 दिन च असी वहीकल सारे खड़ावेंगे बार्डर ते पैदल कूच संसद तक पार्लीमेंट तकर पैदल कूच करांगे ते उत्थे डेरा लावांगे हिंदी का शब्द डेरा डालना पंजाबी का हैगा भी धरना मार के बैठांगे थला मल के बैठांगे ये साडा ऐलान है उदू बाद मीटिंग च नहीं हो उदू बाद प्रेस कॉन्फ्रेंस होगी 31 तरीक न जिदे ग्राम सिंह चरूनी जिहड़ा मीटिंग का प्रधान सीगा उहदी अगवाई च प्रेस कॉन्फ्रेंस होंदी उह सीगा इदू बिना पंजाब दीआं किसान जथेबंदियां हरियाणे जथेबंदियां 9 जथेबंदियां होर सी 10 ने सांझी प्रेस कॉन्फ्रेंस की है उत्थे भी ऐलान किया बई पार्लीमेंट तक कूच किया जाऊगा पैदल कूच तो उदू बाद अगे डेरा डालिया जाऊगा हुण किन्ना चिर डेरा डाल के रखना किहड़ी तरीक नूं तुरना जे राह च रोक आउंदी है वह रोक का इलाज की करना ये सारी गल्लां तय करन वालियां रहिंदियां ने पर डेरा जरूर डालिया जाऊगा मोर्चा लग सकदा डेरा डालना तो देखो जी डेरा डालना तो मेरे हिसाब ना तो बैठना होंगे किन्ना चिर बैठना होंगे मैनू नहीं लगता भी जे मोदी सरकार कोई कन्न नहीं करती कोई गल नहीं सुनती तो फिर अगला कहणगे भी जे हुण असीं नमस्ते करती पार्लीमेंट नूं ते मुड़ चल गए पर हजे कोई किन्ना चिर लई बैठना वह हजे मैं कह नहीं सकता उस 17 की साडी मीटिंग है उहदे विच आ तिन्ने गल्लां किन्ना चिर लई बैठना वह भी जे राह च रोक आउंदी है कोई वह भी ये सारियां गल्लां केड़ी तरीक नूं तुरना ये सारियां गल्लां 17 तरीक नूं तय हो जाणगियां।